ਸਵਾਗਤ ਹੈ ਜੀ ਤੁਹਾਡਾ ਮੇਰੇ ਇਸ ਯੂਟਿਊਬ ਚੈਨਲ ਦੇ ਵਿੱਚ, ਜਿਹਦੇ ਵਿੱਚ ਕਰ ਰਹੇ ਸੀ ਆਪਾਂ ਪੰਜਾਬ ਮਾਸਟਰ ਕਾਡਰ ਪੰਜਾਬੀ ਵਿਸ਼ੇ ਦੀ ਪੂਰੀ ਤਿਆਰੀ, ਜਿਹਦੇ ਵਿੱਚ ਸਾਹਿਤ ਨਾਲ ਸੰਬੰਧਿਤ ਵੀਡੀਓ ਚੱਲ ਰਹੀਆਂ ਨੇ। ਇਸ ਦੇ ਵਿੱਚ ਹੁਣ ਤੱਕ ਆਪਾਂ ਕਰ ਚੁੱਕੇ ਹਾਂ ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਨਾਲ ਚੱਲ ਰਹੇ ਜੀ। ਅੱਜ ਦੀ ਵੀਡੀਓ ਦੇ ਵਿੱਚ ਕਿੱਸਾ ਕਾਵਿ ਦੇ ਨਾਲ ਨਾਲ ਵਾਰ ਕਾਵਿ ਅਤੇ ਜੰਗਨਾਮਾ ਬਾਰੇ ਕੁਛ ਪ੍ਰਸ਼ਨ ਉੱਤਰ ਕਰਵਾਏ ਜਾਣਗੇ। ਇਸ ਵੀਡੀਓ ਦੇ ਵਿੱਚ 40 ਪ੍ਰਸ਼ਨ ਨੇ। ਸ਼ੁਰੂ ਕਰਦੇ ਹਾਂ ਜੀ। 211ਵਾਂ ਪ੍ਰਸ਼ਨ ਹੈਗਾ ਜੀ, ਕਾਦਰ ਯਾਰ ਕਿਸ ਕਾਲ ਦਾ ਕਵੀ ਹੈ? ਕਾਦਰ ਯਾਰ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਕਵੀ ਹੈ। ਅੱਗੇ ਜੀ, ਕਾਦਰ ਯਾਰ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ ਹਨ? ਇਹ ਹੈ ਜੀ ਪੂਰਨ ਭਗਤ, ਰਾਜਾ ਰਸਾਲੂ, ਵਾਰ ਰਾਣੀ ਕੋਕਿਲਾ, ਮਹਿਰਾਜਨਾਮਾ, ਸੋਨੀ ਮਹੀਵਾਲ, ਵਾਰ ਹਰੀ ਸਿੰਘ ਨਲਵਾ। ਇਹ ਕਾਦਰ ਯਾਰ ਦੀਆਂ ਪ੍ਰਮੁੱਖ ਰਚਨਾਵਾਂ ਨੇ। ਅੱਗੇ, ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਕਿਸ ਛੰਦ ਵਿੱਚ ਹੈ? ਇਹ ਹੈ ਜੀ ਬੈਂਤ ਛੰਦ ਵਿੱਚ। ਅੱਗੇ 214ਵਾਂ ਪ੍ਰਸ਼ਨ, ਕਾਦਰ ਯਾਰ ਦਾ ਸੋਨੀ ਮਹੀਵਾਲ ਕਿੱਸਾ ਕਿਸ ਛੰਦ ਵਿੱਚ ਹੈ? ਜੋ ਕਾਦਰ ਯਾਰ ਨੇ ਸੋਨੀ ਮਹੀਵਾਲ ਦਾ ਕਿੱਸਾ ਲਿਖਿਆ ਸੀ ਉਹ ਹੈ ਜੀ ਦੋਹਰਾ ਛੰਦ ਵਿੱਚ। ਪੂਰਨ ਭਗਤ ਦਾ ਕਿੱਸਾ ਤਾਂ ਜੋ ਬੈਂਤ ਛੰਦ ਵਿੱਚ ਹੈ, ਸੋਨੀ ਮਹੀਵਾਲ ਦਾ ਕਿੱਸਾ ਦੋਹਰੇ ਛੰਦ ਵਿੱਚ ਹੈ। ਅੱਗੇ ਜੀ, ਈਡੀਪਸ ਕੰਪਲੈਕਸ ਤੋਂ ਕੀ ਭਾਵ ਹੈ? ਈਡੀਪਸ ਕੰਪਲੈਕਸ ਤੋਂ ਭਾਵ ਹੈ ਜੀ ਪੁੱਤਰ ਦੀ ਮਾਂ ਪ੍ਰਤੀ ਖਿੱਚ, ਇਹਨੂੰ ਈਡੀਪਸ ਕੰਪਲੈਕਸ ਕਹਿੰਦੇ ਨੇ। ਅੱਗੇ ਜੀ 216ਵਾਂ ਪ੍ਰਸ਼ਨ, ਈਡੀਪਸ ਕੰਪਲੈਕਸ ਸਿਧਾਂਤ ਕਿਸ ਨੇ ਦਿੱਤਾ? ਇਹ ਸਿਧਾਂਤ ਦਿੱਤਾ ਸੀ ਜੀ ਫਰਾਇਡ ਨੇ। ਅੱਗੇ, ਰੋਜ਼ਨਾਮਾ ਅਤੇ ਮਹਿਰਾਜਨਾਮਾ ਕਿਸ ਦੀਆਂ ਰਚਨਾਵਾਂ ਹਨ? ਇਹ ਜੋ ਦੋਵੇਂ ਰਚਨਾਵਾਂ ਨੇ ਜੀ ਇਹ ਕਾਦਰ ਯਾਰ ਦੀਆਂ ਨੇ। ਅੱਗੇ ਜੀ, ਮਹਿਰਾਜਨਾਮਾ ਰਚਨਾ ਵਿੱਚ ਕੀ ਹੈ? ਪ੍ਰਸ਼ਨ ਇੰਪੋਰਟੈਂਟ ਬਣਦਾ ਜੀ ਇਹ, ਮਹਿਰਾਜਨਾਮਾ ਰਚਨਾ ਵਿੱਚ ਕੀ ਹੈ? ਇਹਦੇ ਵਿੱਚ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਖੁਦਾ ਨਾਲ ਹੋਏ ਮੇਲ ਦਾ ਵਰਣਨ, ਜਾਂ ਪ੍ਰਸ਼ਨ ਉਲਟ ਬਣ ਸਕਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਖੁਦਾ ਨਾਲ ਹੋਏ ਮੇਲ ਦਾ ਵਰਣਨ ਕਿਸ ਰਚਨਾ ਵਿੱਚ ਮਿਲਦਾ ਹੈ? ਇਹ ਮਿਲਦਾ ਮਹਿਰਾਜਨਾਮਾ ਦੇ ਵਿੱਚ। ਅੱਗੇ ਜੀ, ਕਾਦਰ ਯਾਰ ਦਾ ਜਨਮ ਕਿੱਥੇ ਹੋਇਆ? ਕਾਦਰ ਯਾਰ ਦਾ ਜਨਮ ਹੋਇਆ ਸੀ ਜੀ ਪਿੰਡ ਮਾਛੀਕੇ, ਨੇੜੇ ਐਮਨਾਬਾਦ, ਜ਼ਿਲ੍ਹਾ ਗੁਜਰਾਂਵਾਲਾ, ਪਾਕਿਸਤਾਨ ਵਿਖੇ। ਅੱਗੇ ਜੀ, ਕਿੱਸਾ ਸੋਨੀ ਮਹੀਵਾਲ ਰਚਿਤ ਕਾਦਰ ਯਾਰ ਕਿੰਨੇ ਬੰਦਾਂ ਵਿੱਚ ਹੈ? ਜਿਹੜੀ ਕਿੱਸਾ ਲਿਖਿਆ ਸੀ ਕਾਦਰ ਯਾਰ ਨੇ ਸੋਨੀ ਮਹੀਵਾਲ ਦਾ, ਉਹ ਹੈ ਜੀ 151 ਬੰਦਾਂ ਦੇ ਵਿੱਚ, 151। ਅੱਗੇ ਜੀ 221ਵਾਂ ਪ੍ਰਸ਼ਨ, ਵਾਰ ਵਿੱਚ ਕੀ ਗਾਇਆ ਜਾਂਦਾ ਹੈ? ਇਹ ਪ੍ਰਸ਼ਨ ਹੈ ਜੀ ਵਾਰਕ ਸਾਹਿਤ ਨਾਲ ਸੰਬੰਧਿਤ ਨੇ ਅਤੇ ਜੰਗਨਾਮਾ ਨਾਲ ਸੰਬੰਧਿਤ ਨੇ। ਵਾਰ ਦੇ ਵਿੱਚ ਹੁੰਦਾ ਜੀ ਕਿਸੇ ਯੋਧੇ ਦੀ ਵੀਰਤਾ ਦਾ ਜਸ। ਅੱਗੇ ਜੀ, ਵਾਰ ਆਮ ਤੌਰ 'ਤੇ ਕਿਸ ਵਿੱਚ ਲਿਖੀ ਜਾਂਦੀ ਹੈ? ਵਾਰ ਹੈ ਜੋ ਆਮ ਤੌਰ 'ਤੇ ਪੌੜੀਆਂ ਵਿੱਚ ਲਿਖੀ ਜਾਂਦੀ ਹੈ। ਅੱਗੇ ਜੀ, ਗਿਣਤੀ ਪੱਖੋਂ ਸਭ ਤੋਂ ਵੱਧ ਵਾਰਾਂ ਕਿਸ ਨੇ ਲਿਖੀਆਂ? ਜੋ ਸਭ ਤੋਂ ਵੱਧ ਵਾਰਾਂ ਨੇ ਜੀ ਭਾਈ ਗੁਰਦਾਸ ਜੀ ਨੇ ਲਿਖੀਆਂ, ਇਹ ਸੀ ਜੀ 39 ਵਾਰਾਂ। ਅੱਗੇ ਜੀ 224ਵਾਂ ਪ੍ਰਸ਼ਨ, ਚੰਡੀ ਦੀ ਵਾਰ ਦਾ ਰਚਨਾਕਾਰ ਕੌਣ ਹੈ? ਚੰਡੀ ਦੀ ਵਾਰ ਦਾ ਰਚਨਾਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, 10ਵੇਂ ਗੁਰੂ। ਹਾਂਜੀ 225ਵਾਂ ਪ੍ਰਸ਼ਨ, ਚੰਡੀ ਦੀ ਵਾਰ ਨੂੰ ਹੋਰ ਕੀ ਕਿਹਾ ਜਾਂਦਾ ਹੈ? ਚੰਡੀ ਦੀ ਵਾਰ ਨੂੰ ਹੋਰ ਕਿਹਾ ਜਾਂਦਾ ਜੀ ਭਗੌਤੀ ਦੀ ਵਾਰ ਜਾਂ ਭਗੌਤੀ ਕੀ ਵਾਰ। 226ਵਾਂ ਪ੍ਰਸ਼ਨ ਹੈ ਜੀ, ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹਨ? ਚੰਡੀ ਦੀ ਵਾਰ ਵਿੱਚ
ਕੁੱਲ 54 ਪੌੜੀਆਂ ਹਨ ਅਤੇ ਇੱਕ ਦੋਹਾ ਜੀ। ਅੱਗੇ ਜੀ, ਚੰਡੀ ਦੀ ਵਾਰ ਕਿਸ ਪੁਰਾਣ ਦੀ ਕਥਾ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ? ਇਹ ਜੋ ਚੰਡੀ ਦੀ ਵਾਰ ਹੈ ਜਿਹਦੇ ਰਚਨਾਕਾਰ ਗੁਰੂ ਗੋਬਿੰਦ ਸਿੰਘ ਜੀ ਨੇ, ਇਹ ਮਾਰਕੰਡੇ ਪੁਰਾਣ ਦੀ ਕਥਾ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਅੱਗੇ ਜੀ, ਚੰਡੀ ਦੀ ਵਾਰ ਕਿਸ ਛੰਦ ਵਿੱਚ ਲਿਖੀ ਗਈ ਹੈ? ਇਹ ਲਿਖੀ ਗਈ ਹੈ ਜੀ ਸਿਰਖੰਡੀ ਛੰਦ ਵਿੱਚ। ਅੱਗੇ, ਚੰਡੀ ਦੀ ਵਾਰ ਕਿਸ ਨਾਲ ਸ਼ੁਰੂ ਹੁੰਦੀ ਹੈ? ਚੰਡੀ ਦੀ ਵਾਰ ਹੈ ਜੋ ਮੰਗਲਾਚਰਨ ਨਾਲ ਸ਼ੁਰੂ ਹੁੰਦੀ ਹੈ। ਅੱਗੇ ਜੀ 230ਵਾਂ ਪ੍ਰਸ਼ਨ, ਚੰਡੀ ਦੀ ਵਾਰ ਦੀ ਬੋਲੀ ਕਿਹੜੀ ਹੈ? ਚੰਡੀ ਦੀ ਵਾਰ ਦੀ ਬੋਲੀ ਹੈ ਜੀ ਪੰਜਾਬੀ। ਪੰਜਾਬੀ ਬੋਲੀ ਦੇ ਵਿੱਚ ਚੰਡੀ ਦੀ ਵਾਰ ਲਿਖੀ ਗਈ ਹੈ। ਅੱਗੇ ਜੀ 231ਵਾਂ ਪ੍ਰਸ਼ਨ, ਨਜਾਬਤ ਨੇ ਕਿਹੜੀ ਵਾਰ ਲਿਖੀ ਹੈ? ਨਜਾਬਤ ਨੇ ਲਿਖੀ ਹੈ ਨਾਦਰ ਸ਼ਾਹ ਦੀ ਵਾਰ। ਅੱਗੇ ਜੀ, ਨਾਦਰ ਸ਼ਾਹ ਦੀ ਵਾਰ ਦੀਆਂ ਕਿੰਨੀਆਂ ਪੌੜੀਆਂ ਹਨ? ਨਾਦਰ ਸ਼ਾਹ ਦੀ ਵਾਰ ਦੀਆਂ ਨੇ ਜੀ 86 ਪੌੜੀਆਂ। ਅੱਗੇ ਜੀ, ਨਜਾਬਤ ਰਚਿਤ ਵਾਰ ਵਿੱਚ ਕਿੱਥੋਂ ਦੀ ਲੜਾਈ ਦਾ ਵਰਣਨ ਹੈ? ਇਹਦੀ ਲੜਾਈ ਦੇ ਵਿੱਚ ਜੀ ਕਰਨਾਲ ਦਾ ਵਰਣਨ ਹੈ, ਪਰ ਉਸ ਤੋਂ ਮਗਰੋਂ ਦਿੱਲੀ ਦੇ ਕਤਲੇਆਮ ਹੋਇਆ ਸੀ ਜੋ ਉਸ ਨੂੰ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਇਹ ਰਚਨਾ ਨਜਾਬਤ ਦੀ ਹੈ। ਨਜਾਬਤ ਹੈ ਜੋ ਜ਼ਿਲ੍ਹਾ ਸ਼ਾਹਪੁਰ ਦਾ ਹਰਲ ਰਾਜਪੂਤ ਮੁਸਲਮਾਨ ਸੀ, ਜਿਸਨੇ ਕੇਵਲ ਕਰਨਾਲ ਦੀ ਲੜਾਈ ਦਾ ਹਾਲ ਲਿਖਿਆ ਪਰ ਉਸ ਤੋਂ ਬਾਅਦ ਦਿੱਲੀ ਦੇ ਕਤਲੇਆਮ ਨੂੰ ਬਿਆਨ ਨਹੀਂ ਕੀਤਾ। ਇਹ ਵਾਰ ਭਾਵੇਂ ਲਿਖਤੀ ਰੂਪ ਵਿੱਚ ਨਹੀਂ ਹੈ, ਸਗੋਂ ਪੰਡਿਤ ਹਰੀ ਕ੍ਰਿਸ਼ਨ ਕੌਲ ਨੇ ਪੰਜਾਬ ਦੇ ਮਰਾਸੀਆਂ ਅਤੇ ਭੱਟਾਂ ਕੋਲੋਂ ਸੁਣ ਕੇ ਇਸ ਨੂੰ ਪਹਿਲੀ ਵਾਰ ਪੇਸ਼ ਕੀਤਾ। ਅੱਗੇ ਜੀ, ਨਾਦਰ ਸ਼ਾਹ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? ਨਾਦਰ ਸ਼ਾਹ ਨੇ ਭਾਰਤ 'ਤੇ ਮਾਰਚ 1739 ਈਸਵੀ ਵਿੱਚ ਹਮਲਾ ਕੀਤਾ। ਇਸ ਦੇ ਆਧਾਰ 'ਤੇ ਆਪਾਂ ਮੰਨ ਸਕਦੇ ਹਾਂ ਕਿ ਜੋ ਇਹ ਰਚਨਾ ਉਹ 18ਵੀਂ ਸਦੀ ਦੇ ਅੱਧ ਦੀ ਰਚਨਾ ਮੰਨਿਆ ਜਾਂਦਾ। ਇਹਨੂੰ ਪ੍ਰਸ਼ਨ ਆ ਸਕਦਾ ਪੇਪਰ ਦੇ ਵਿੱਚ ਕਿ ਨਾਦਰ ਸ਼ਾਹ ਰਚਿਤ ਵਾਰ ਹੈ ਜੋ ਨਾਦਰ ਸ਼ਾਹ ਦੀ ਵਾਰ ਹੈ ਕਿਸ ਸਦੀ ਦੇ ਵਿੱਚ ਹੈ? ਤਾਂ ਉਹ ਹੈ ਜੀ 18ਵੀਂ ਸਦੀ ਦੇ ਅੱਧ ਦੀ ਰਚਨਾ। ਇਸ ਵਾਰ ਦਾ ਜੋ ਕਥਾਨਕ ਹੈ ਉਹ ਇਤਿਹਾਸਕ ਹੈ। ਅੱਗੇ ਜੀ 235ਵਾਂ ਪ੍ਰਸ਼ਨ, ਨਾਦਰ ਸ਼ਾਹ ਦੀ ਵਾਰ ਦਾ ਨਾਇਕ ਕੌਣ ਹੈ? ਨਾਦਰ ਸ਼ਾਹ ਦੀ ਵਾਰ ਦਾ ਨਾਇਕ ਨੇ ਜੀ ਸਾਰੇ ਹੀ ਭਾਰਤ ਵਾਸੀ ਇਸ ਵਾਰ ਦਾ ਨਾਇਕ ਨੇ, ਕਿਉਂਕਿ ਨਾਦਰ ਸ਼ਾਹ ਦੀ ਵਾਰ ਦੇ ਵਿੱਚ ਕੋਈ ਇੱਕ ਵਿਅਕਤੀ ਨਾਇਕ ਨਹੀਂ ਹੈ, ਸਗੋਂ ਹਿੰਦੁਸਤਾਨ ਦੇ ਸਾਰੇ ਵਾਸੀ ਹੀ ਇਸ ਵਾਰ ਦੇ ਨਾਇਕ ਨੇ। ਅੱਗੇ ਜੀ 236ਵਾਂ ਪ੍ਰਸ਼ਨ, ਨਜਾਬਤ ਨੇ ਆਪਣੀ ਵਾਰ ਵਿੱਚ ਕਿਸ ਇਤਿਹਾਸਕ ਪਾਤਰ ਦਾ ਜ਼ਿਕਰ ਕੀਤਾ ਹੈ? ਨਜਾਬਤ ਨੇ ਆਪਣੀ ਇਤਿਹਾਸਕ ਵਾਰ ਦੇ ਵਿੱਚ ਕਲ ਅਤੇ ਨਾਰਦ ਨਾਮ ਦੇ ਇਤਿਹਾਸਿਕ ਪਾਤਰਾਂ ਦਾ ਜ਼ਿਕਰ ਕੀਤਾ ਹੈ। ਅੱਗੇ ਜੀ, ਨਾਦਰ ਸ਼ਾਹ ਦੀ ਵਾਰ ਕਿਸ ਸਦੀ ਨਾਲ ਸੰਬੰਧਿਤ ਹੈ? ਨਾਦਰ ਸ਼ਾਹ ਦੀ ਵਾਰ ਹੈ ਜੋ 18ਵੀਂ ਸਦੀ ਨਾਲ ਜਾਂ 18ਵੀਂ ਸਦੀ ਦੇ ਮੱਧ ਨਾਲ ਸੰਬੰਧਿਤ ਹੈ। 18ਵੀਂ ਸਦੀ ਨਾਲ ਜਾਂ 18ਵੀਂ ਸਦੀ ਦੇ ਮੱਧ ਨਾਲ। ਅੱਗੇ ਜੀ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਕਿਸ ਦੀ ਰਚਨਾ ਹੈ? ਇਹ ਹੈ ਜੀ ਸ਼ਾਹ ਮੁਹੰਮਦ ਦੀ ਰਚਨਾ। ਅੱਗੇ ਜੀ, ਸ਼ਾਹ ਮੁਹੰਮਦ ਨੇ ਪੰਜਾਬ ਦੇ ਕਿਸ ਮਹਾਰਾਜ ਦੀ ਵਡਿਆਈ ਕੀਤੀ ਹੈ? ਇਹ ਉਹਨਾਂ ਨੇ ਕੀਤੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਵਡਿਆਈ। ਅੱਗੇ 240ਵਾਂ ਪ੍ਰਸ਼ਨ ਹੈ, ਜੰਗਨਾਮਾ ਕਾਵਿ ਰੂਪ ਵਿੱਚ ਕਿਹੜੇ ਰਸ ਪ੍ਰਧਾਨ ਹੁੰਦੇ ਹਨ? ਇਸ ਵਿੱਚ ਵੀਰ ਰਸ ਅਤੇ ਕਰੁਣਾ ਰਸ ਪ੍ਰਧਾਨ ਹੁੰਦੇ ਹਨ। 241ਵਾਂ ਪ੍ਰਸ਼ਨ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਕਿਸ ਸਦੀ ਦੀ ਰਚਨਾ ਹੈ? ਇਹ ਹੈ ਜੀ 19ਵੀਂ ਸਦੀ ਦੀ ਰਚਨਾ। ਅੱਗੇ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦੇ ਕੁੱਲ ਕਿੰਨੇ ਬੰਦ ਹਨ? ਇਸ ਵਿੱਚ ਕੁੱਲ 105 ਬੰਦ ਨੇ। ਅੱਗੇ ਜੀ, ਇਸ ਜੰਗਨਾਮੇ ਲਈ
किस छंद का प्रयोग किया गया है? वो है जी बैंत छंद। अगे जी पंजाबी शायरां दा तजकरा अते पंजाब दे हीरे पुस्तकां दा लेखक कौन है? दो पुस्तकां ने जी पंजाबी शायरां दा तजकरा ते पंजाब दे हीरे पुस्तकां। इन्हां दे लेखक दा नाम है मौला बख्श कुश्ता। अगे जी 245वां प्रश्न, सब तो पहला जंगनामा किस दा मन्या जांदा है? सब तो पहला जंगनामा जो वह मुकबल का मनिया जाता है। अगे जी 246वां प्रश्न, जंगनामा किस काव्य रूप वजो विकसित होया मनिया जाता है? यह है जी मरसिया काव्य रूप विचों विकसित होया मनिया जाता है। 247वां प्रश्न, जस की कविता लिखन की पिरत किसने ते कदों पाई? जस की कविता लिखन की पिरत है जो कवि चांद बरदारी ने, जिहदा नाम सी पृथ्वीराज गाइसो। 13वीं सदी की रचना है, इहदे विच पाई सी। कवि का नाम है जी चांद बरदारी, इन्हें रचना लिखी सी पृथ्वीराज राइसो 13वीं सदी दे विच। अगे जी चंडी की वार विच किन्ना विचकार युद्ध हुंदा है? चंडी की वार दे विच दुर्गा देवी अते राक्षसां दे विचकार युद्ध हुंदा है। अगे जी सिरखंडी छंद की सब तो पहली वार वरतों किस वार विच हुई है? वो है जी चंडी की वार दे विच। अगे चंडी की वार अनुसार पहला अते पिछों किस राक्षसां की मौत हुई? चंडी की वार अनुसार पहला मौत हुई सी महिखासुर की, ते पिछों मौत हुई सी शुंभ की। उम्मीद करदा जी तुहानू ये वीडियो पसंद आ रही होणगियां। गुरमत काव्य, सूफी काव्य, किस्सा काव्य, वार काव्य ते जंगनामा, इस साहित्य दे रूपां दी वीडियो ने जो इत्थे ही समाप्त हुंदियां ने। अगली वीडियो दे विच मास्टर काडर पंजाबी नाल संबंधित किसी होर विशे बारे वीडियो लैके आवांगे। अपनी राय कमेंट बॉक्स के देना ना भुल्यो। मेरे चैनल नूं लाइक करो, सबसक्राइब करो, शेयर करो।